ਹਾਂਜੀ ਦੋਸਤੋ, ਅੱਜ ਫਿਰ ਇੱਕ ਵਾਰ ਮੇਰੇ ਬਲੌਗ ਤੁਹਾਡਾ ਸਵਾਗਤ ਹੈ। ਅਤੇ ਹੁਣ ਆਪਾਂ ਗੋਬਿੰਦ ਘਾਟ ਵਿਖੇ ਜਿਸ ਜਗ੍ਹਾ ਤੋਂ ਪ੍ਰਸਾਦ ਮਿਲਦਾ, ਪਿੰਨੀ ਪ੍ਰਸਾਦ, ਉਸ ਜਗ੍ਹਾ ਖੜ੍ਹੇ ਹਾਂ। ਪਿੰਨੀ ਪ੍ਰਸਾਦ ਆਪਾਂ ਨੂੰ ਜਦੋਂ ਕੋਈ ਵੀ ਸੇਵਾ ਦੇ ਵਿੱਚ ਪੈਸਾ ਪਾਉਂਦੇ ਹਾਂ ਅਤੇ ਪਰਚੀ ਕੱਟੀ ਜਾਂਦੀ ਹੈ, ਉਸ ਤੋਂ ਬਾਅਦ ਪਿੰਨੀ ਪ੍ਰਸਾਦ ਮਿਲਦਾ। ਅਤੇ ਜੇਕਰ ਆਪਾਂ ਵੈਸੇ ਵੀ ਪਿੰਨੀ ਪ੍ਰਸਾਦ ਲੈ ਜਾਣਾ ਚਾਹੁੰਦੇ ਹਾਂ ਤਾਂ ਕਿ ਆਪਣੇ ਸਕੇ ਸੰਬੰਧੀਆਂ ਜਾਂ ਰਿਸ਼ਤੇਦਾਰਾਂ ਨੂੰ ਯਾਤਰਾ ਤੋਂ ਬਾਅਦ ਵੰਡ ਸਕੀਏ, ਤਾਂ ਇਸ ਦੀ ਕੀਮਤ 20 ਰੁਪਏ ਪ੍ਰਤੀ ਪੈਕਟ ਹੈ। ਅਤੇ ਇਹ ਪਿੰਨੀ ਪ੍ਰਸਾਦ ਕਾਫੀ ਸਮੇਂ ਤੱਕ ਖਰਾਬ ਵੀ ਨਹੀਂ ਹੁੰਦਾ ਅਤੇ ਇਹਨੂੰ ਵਧੀਆ ਪ੍ਰਿਜ਼ਰਵ ਕੀਤਾ ਹੁੰਦਾ। ਇਸ ਕਰਕੇ ਕਿੰਨੀ ਵੀ ਮਾਤਰਾ ਦੇ ਵਿੱਚ ਤੁਸੀਂ ਪਿੰਨੀ ਪ੍ਰਸਾਦ ਨੂੰ ਗੋਬਿੰਦ ਘਾਟ ਤੋਂ ਖਰੀਦ ਸਕਦੇ ਹੋ। ਪਿੰਨੀ ਪ੍ਰਸਾਦ ਦੀ ਪਰਚੀ ਜੇਕਰ ਆਪਾਂ ਉੱਪਰ ਵੀ ਕੋਈ ਪਰਚੀ ਕਟਾਉਂਦੇ ਹਾਂ, ਜਿਵੇਂ ਕਹਿ ਦਿਓ ਗੋਬਿੰਦ ਧਾਮ ਜਾਂ ਸ਼੍ਰੀ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ 'ਚ, ਤਾਂ ਵੀ ਪਿੰਨੀ ਪ੍ਰਸਾਦ ਆਪਾਂ ਨੂੰ ਸਿਰਫ ਗੋਬਿੰਦ ਘਾਟ ਤੋਂ ਹੀ ਮਿਲਦਾ, ਜਿਸਦਾ ਕਾਊਂਟਰ ਆਪਾਂ ਸਾਹਮਣੇ ਦੇਖਿਆ। ਉਹ ਪਿੱਛੇ ਹੁਣ ਵੀ ਸਿੰਘ ਪਿੰਨੀ ਪ੍ਰਸਾਦ ਲੈ ਕੇ ਆ ਰਹੇ ਨੇ। ਅਤੇ ਹੁਣ ਆਪਾਂ ਜਿੱਥੇ ਘੁੰਮ ਰਹੇ ਹਾਂ, ਇਹ ਜਗ੍ਹਾ ਗੋਬਿੰਦ ਘਾਟ ਦਰਬਾਰ ਸਾਹਿਬ ਦੇ ਸਾਹਮਣੇ ਜੋੜਾ ਘਰ ਦੇ ਸਾਹਮਣੇ ਲੱਗੇ ਬੈਂਚ ਨੇ, ਅਤੇ ਆਹ ਸਾਹਮਣੇ ਆਪਣੇ ਜਿਹੜਾ ਮੈਨੇਜਮੈਂਟ ਹੈ ਇਹਦੇ ਕਾਊਂਟਰ ਨੇ। ਜਿਵੇਂ ਇਨਕੁਆਇਰੀ ਜਾਂ ਕੋਈ ਰੂਮ ਡਿਸਟ੍ਰੀਬਿਊਸ਼ਨ ਵਗੈਰਾ ਦਾ, ਜਾਂ ਕੋਈ ਹੋਰ ਕਿਸੇ ਨੇ ਲੰਗਰ ਦੇ ਵਿੱਚ, ਜਾਂ ਕੋਈ ਵੀ ਤਰ੍ਹਾਂ ਦੀ ਇਨਕੁਆਇਰੀ, ਜਿਵੇਂ ਕਹਿ ਲਓ ਦਫ਼ਤਰੀ ਕੰਮ, ਇਸ ਜਗ੍ਹਾ 'ਤੇ ਹੁੰਦਾ। ਅਤੇ ਤੁਸੀਂ ਇੱਥੋਂ ਹੀ ਰੂਮ ਵਗੈਰਾ ਦੀ ਅਵੇਲੇਬਿਲਿਟੀ ਪਤਾ ਕਰ ਸਕਦੇ ਹੋ। ਹੁਣ ਸਾਹਮਣੇ ਸਾਡੇ ਗਠੜੀ ਘਰ ਦਿਖਾਈ ਦੇ ਰਿਹਾ, ਇੱਥੇ ਹੀ ਔਰਤਾਂ ਅਤੇ ਮਰਦਾਂ ਲਈ ਵਾਸ਼ਰੂਮ ਨੇ ਨੀਚੇ। ਅਤੇ ਸਾਰੀ ਸੰਗਤ ਜਿਹੜੀ ਹੁਣ ਕੱਲ੍ਹ ਗੁਰੂ ਘਰ ਦਰਸ਼ਨ ਕਰਕੇ ਵਾਪਸ ਮੁੜੀ ਹੈ, ਉਹ ਨੀਚੇ ਆਪਣੇ ਆਪਣੇ ਘਰਾਂ ਨੂੰ ਜਾਣ ਲਈ ਤਿਆਰ ਹੋ ਰਹੀ ਹੈ। ਅਤੇ ਜਿਸ ਦਾ ਵੀ ਇਸ ਗਠੜੀ ਘਰ ਦੇ ਵਿੱਚ ਸਮਾਨ ਵਗੈਰਾ ਜਮ੍ਹਾਂ ਹੈ, ਉਹ ਵੀ ਕਢਵਾਇਆ ਜਾ ਰਿਹਾ। ਅਤੇ ਪ੍ਰਸ਼ਾਦਾ ਵਗੈਰਾ ਸੱਕ ਕੇ ਲੰਗਰ ਹਾਲ ਦੇ ਵਿੱਚੋਂ ਹੁਣ ਸੰਗਤ ਜਾਣ ਦੀਆਂ ਤਿਆਰੀਆਂ ਕਰ ਰਹੀ ਹੈ। ਜਿਵੇਂ ਆਹ ਬੱਚੇ ਵੀ ਬੈਠੇ ਨੇ, ਇਹ ਵੀ ਜਾਣ ਦੀਆਂ ਤਿਆਰੀਆਂ। ਹਾਂਜੀ, ਹੁਣ ਅਸੀਂ ਦਰਸ਼ਨ ਕਰਕੇ ਯਾਤਰਾ ਪੂਰੀ ਕਰਕੇ ਘਰਾਂ ਨੂੰ ਚਾਲੇ ਪਾਉਣ ਲੱਗੇ ਹਾਂ, ਅਤੇ ਅੱਜ ਸ਼ਾਮ ਤੱਕ ਹੋ ਸਕਦਾ ਅਸੀਂ ਰਿਸ਼ੀਕੇਸ਼ ਪਹੁੰਚੀਏ। ਦੋਸਤੋ, ਨਦੀ ਦਾ ਪਾਣੀ ਦੇਖੋ, ਜਿਹੜੀ ਅਲਕਨੰਦਾ ਨਦੀ ਹੈ, ਇਹਦਾ ਪਾਣੀ ਕਿੰਨਾ ਫਾਸਟ ਹੈ ਅਤੇ ਕਿੰਨਾ ਸ਼ੋਰ ਮਚਾਉਂਦਾ। ਦੇਖੋ, ਇਹੀ ਨਦੀ ਚੜ ਕੇ ਇੱਥੇ ਬਹੁਤ ਵੱਡਾ ਨੁਕਸਾਨ ਕੀਤਾ ਸੀ, ਹੁਣ ਇਹ ਨਵਾਂ ਕੰਸਟਰਕਟ ਹੋ ਰਿਹਾ ਅਤੇ ਉਹਦੀ ਭਰਪਾਈ ਕੀਤੀ ਜਾ ਰਹੀ ਹੈ, ਜੋ ਨੁਕਸਾਨ 2013 'ਚ ਹੋਇਆ ਸੀ। ਆਹ ਪਾਰਕਿੰਗ ਹੈ, ਮੋਟਰਸਾਈਕਲ ਵੀ ਖੜ੍ਹੇ ਨੇ, ਪਿੱਛੇ ਗੱਡੀਆਂ ਵੀ ਖੜ੍ਹੀਆਂ ਨੇ। ਪਾਰਕਿੰਗਾਂ ਵੈਸੇ ਇੱਥੇ ਕਈ ਨੇ, 600 ਰੁਪਈਆ ਇਹ ਲੈਂਦੇ ਨੇ ਗੱਡੀ ਦਾ, ਪਾਰਕਿੰਗ ਦਾ, ਜਿੰਨੇ ਦਿਨ ਬੰਦਾ ਮੁੜ ਕੇ ਨਹੀਂ ਆਉਂਦਾ ਉੱਪਰੋਂ, ਮਤਲਬ ਇੱਕ ਵਾਰ ਵਨ ਟਾਈਮ ਪੇਮੈਂਟ ਹੈ 600 ਰੁਪਈਆ ਇੱਕ ਗੱਡੀ ਲਈ। ਜਦੋਂ ਅਸੀਂ ਹੁਣ ਗੋਬਿੰਦ ਘਾਟ ਤੋਂ ਤੁਰੇ ਤਾਂ ਸਾਨੂੰ ਲੱਗਿਆ ਕਿ ਗੱਡੀ ਦੇ ਵਿੱਚ ਹਵਾ ਘੱਟ ਹੈ, ਪਰ ਸਾਡੇ ਕੋਲ ਪੰਪ ਹੈਗਾ ਸੀ, ਇਸ ਕਰਕੇ ਅਸੀਂ ਇਹ ਪੰਪ ਨੂੰ ਸੈੱਟ ਕੀਤਾ ਵੀ ਕਿੰਨੀ ਹਵਾ ਪਾਉਣੀ ਹੈ, ਅਤੇ ਇਹ ਪੰਪ ਨਾਲ ਸਾਰੇ ਟਾਇਰਾਂ ਦੀ ਹਵਾ ਚੈੱਕ ਕਰਾਂਗੇ ਅਤੇ ਹਵਾ ਪਾਵਾਂਗੇ। ਠੀਕ ਹੈ ਜੀ। ਜਦੋਂ ਆਪਾਂ ਹੇਮਕੁੰਡ ਸਾਹਿਬ ਤੋਂ ਵਾਪਸ ਆ ਰਹੇ ਹਾਂ ਤਾਂ ਇਹ ਰਸਤੇ ਦੇ ਵਿੱਚ ਨਾ ਵਿਸ਼ਨੂੰ ਪ੍ਰਯਾਗ ਨਾਂ ਦਾ ਇੱਕ ਪ੍ਰਯਾਗ ਪੈਂਦਾ, ਜਿਹੜਾ ਹੇਮਕੁੰਡ ਸਾਹਿਬ ਦੇ ਗੁਰਦੁਆਰਾ ਗੋਬਿੰਦ ਘਾਟ ਤੋਂ ਸਿਰਫ 10 ਕਿਲੋਮੀਟਰ ਦੂਰ। ਹੁਣ ਤੁਹਾਨੂੰ ਥੋੜ੍ਹਾ ਜਿਹਾ ਇਹ ਦਿਖਾ ਦਿੰਦੇ ਹਾਂ ਵੀ ਵਿਸ਼ਨੂੰ ਪ੍ਰਯਾਗ
ਕਿਹੋ ਜਿਹਾ ਕੀ ਬਣਿਆ ਹੋਇਆ ਇੱਥੇ? ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਤੇ ਵੀ ਪ੍ਰਯਾਗ ਦਾ ਮਤਲਬ ਹੁੰਦਾ ਦੋ ਨਦੀਆਂ ਦਾ ਮਿਲਾਪ। ਆਹ ਜਿਹੜੀ ਆਪਣੇ ਹੇਮਕੁੰਟ ਸਾਹਿਬ ਵੱਲੋਂ ਆ ਰਹੀ ਆ ਅਲਕਨੰਦਾ, ਇਹਦੇ ਨਾਲ ਇੱਕ ਹੋਰ ਨਦੀ ਧੌਲੀ ਗੰਗਾ ਉਹ ਮਿਲਦੀ ਹੈ ਉਰੇ, ਅਤੇ ਇਹਨੂੰ ਇਸ ਮਿਲਾਪ ਨੂੰ ਵਿਸ਼ਨੂੰ ਪ੍ਰਯਾਗ ਕਿਹਾ ਜਾਂਦਾ। ਆ ਵਿਸ਼ਨੂੰ ਪ੍ਰਯਾਗ ਥੋੜ੍ਹੀਆਂ ਮੋਟੀਆਂ ਦੁਕਾਨਾਂ ਵੀ ਨੇ, ਅਤੇ ਸਾਹਮਣੇ ਵਿਸ਼ਨੂੰ ਨਾਰਾਇਣ ਜੀ ਦਾ ਮੰਦਰ ਹੈ। ਆ ਇਹਦਾ ਹਿਸਟਰੀ ਵੀ ਲਿਖੀ ਹੋਈ ਹੈ ਉਰੇ, ਠੀਕ ਹੈ ਜੀ। ਹਿਸਟਰੀ ਕੀ ਹੈ ਆ ਤੁਸੀਂ ਪੜ੍ਹ ਲਓ। ਇੱਥੇ ਵੀ ਸ਼ੌਪ ਬਣੀ ਹੈ, ਆਹ ਸਿਟਿੰਗ ਏਰੀਆ, ਠੀਕ ਹੈ ਜੀ। ਇੱਥੇ ਦਾ ਮੈਂ ਤੁਹਾਨੂੰ ਸਾਰਾ ਵਿਊ ਦਿਖਾਉਣਾ ਕੀ ਹਿਸਾਬ ਕਿਤਾਬ ਆ। ਮੈਂ ਨੀਚੇ ਉੱਤਰ ਆਇਆ ਤੁਹਾਨੂੰ ਵਿਸ਼ਨੂੰ ਪ੍ਰਯਾਗ ਦਿਖਾਉਣ ਲਈ। ਦੇਖੋ ਇੱਧਰੋਂ ਆ ਰਹੀ ਹੈ ਧੌਲੀ ਗੰਗਾ, ਠੀਕ ਹੈ। ਦੇਖੋ ਕਿੰਨਾ ਤੇਜ਼ ਇਹਦਾ ਪਾਣੀ ਹੈ। ਧੌਲੀ ਗੰਗਾ ਫਿਰ ਅਲਕਨੰਦਾ 'ਚ ਮਿਲ ਜਾਂਦੀ ਹੈ, ਅਤੇ ਫਿਰ ਇਹ ਬਣ ਜਾਂਦਾ ਵਿਸ਼ਨੂੰ ਪ੍ਰਯਾਗ। ਇੱਥੇ ਇਹ ਸੰਗਮ ਦਾ ਰਸਤਾ, ਮੈਂ ਤੁਹਾਨੂੰ ਨੀਚੇ ਜਾ ਕੇ ਸੰਗਮ ਵੀ ਦਿਖਾ ਦਾ। ਅਤੇ ਬਾਬਾ ਜੀ ਆਏ ਨੇ ਉੱਥੋਂ ਸੰਗਮ ਦੇਖ ਕੇ। ਦੇਖੋ ਹੋਰ ਵੀ ਸੰਗਤ ਸੰਗਮ ਦੇਖ ਕੇ ਆਈ ਆ, ਅਤੇ ਮੈਂ ਵੀ ਦਰਸ਼ਨ ਕਰਾਂ। ਦੇਖੋ ਕਿੰਨਾ ਜ਼ਿਆਦਾ ਹੋ ਰਿਹਾ, ਅਤੇ ਫਿਰ ਇਹ ਦੋ ਨਦੀਆਂ ਆਪਸ 'ਚ ਮਿਲਦੀਆਂ। ਆਹ ਦੇਖੋ ਇੱਧਰੋਂ ਮੇਰੇ ਖੱਬੇ ਹੱਥ ਧੌਲੀ ਗੰਗਾ ਆਹ ਵਾਲੀ, ਅਤੇ ਉੱਧਰੋਂ ਆ ਰਹੀ ਅਲਕਨੰਦਾ, ਦੋਨੋਂ ਮਿਲ ਕੇ ਇਹ ਵਿਸ਼ਨੂੰ ਪ੍ਰਯਾਗ ਬਣਿਆ। ਦੇਖੋ ਕਿੰਨਾ ਸੁੰਦਰ ਨਜ਼ਾਰਾ, ਕਿੰਨੀ ਠੰਡੀ ਠੰਡੀ ਹਵਾ ਇੱਥੇ ਚੱਲ ਰਹੀ ਆ। ਥੋੜ੍ਹਾ ਹੋਰ ਨੀਚੇ ਉੱਤਰ ਕੇ ਦਿਖਾ ਦਿੰਦੇ ਹਾਂ ਤੁਹਾਨੂੰ, ਆ ਉੱਪਰ ਦੀ ਅਲਕਨੰਦਾ ਦੇ ਪੁਲ ਬਣਿਆ ਹੋਇਆ ਵੱਡਾ, ਜਿਹੜਾ ਅੱਗੇ ਬਦਰੀਨਾਥ ਨੂੰ ਜੋਤੀ ਮੱਠ ਨਾਲ ਜੋੜਦਾ, ਠੀਕ ਹੈ ਜੀ। ਅਸੀਂ ਆਪਣੀ ਗੱਡੀ ਲੈ ਕੇ ਵੀ ਇਹਦੇ ਉੱਤਰ ਦੀ ਗੁਜਰਾਂਗੇ। ਆਹ ਇੱਕ ਪੁਲ ਪਹਿਲਾਂ ਬਣਿਆ ਹੋਇਆ ਸੀ, ਪੁਰਾਣਾ ਹੋ ਕੇ ਛੱਡ ਟੁੱਟ ਗਿਆ, ਇਹਨੂੰ ਫਿਰ ਇਹਨਾਂ ਨੇ ਕੈਰੀ ਨਹੀਂ ਕੀਤਾ, ਉਵੇਂ ਹੀ ਛੱਡਤਾ, ਠੀਕ ਹੈ ਜੀ। ਦੇਖੋ ਇਹ ਮੰਦਰ ਦੇਖ ਲਓ ਕਿਵੇਂ ਖੜ੍ਹਾ ਉੱਤੇ। ਦੇਖੋ ਦੋਸਤੋ ਜਿਹੜਾ ਜੋਸ਼ੀ ਮੱਠ ਹੈ ਇੱਥੇ ਨਾ ਬਹੁਤ ਤੰਗ ਸੜਕਾਂ ਨੇ, ਅਤੇ ਜਾਮ ਲਗਭਗ ਹਰ ਵੇਲੇ ਲੱਗੇ ਹੀ ਰਹਿੰਦਾ, ਚਾਹੇ ਤੁਸੀਂ ਆਉਂਦੇ ਹੋਏ ਦੇਖ ਲਓ ਚਾਹੇ ਜਾਂਦੇ ਹੋਏ ਦੇਖ ਲਓ। ਯਾਤਰਾ ਦੇ ਵਿੱਚ ਜੋਸ਼ੀ ਮੱਠ ਦੇ ਵਿੱਚ ਜਾਮ ਤੁਹਾਨੂੰ ਜ਼ਰੂਰ ਮਿਲੂਗਾ, ਇਸ ਕਰਕੇ ਗੱਡੀ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਚਲਾਉਣਾ ਪੈਂਦਾ। ਦੇਖੋ ਮੌਸਮ ਦਾ ਮਿਜ਼ਾਜ, ਹੁਣ ਥੋੜ੍ਹਾ ਚਿਰ ਪਹਿਲਾਂ ਇਸ ਮੀਂਹ ਦੀ ਕੋਈ ਉਮੀਦ ਨਹੀਂ ਸੀ, ਪਰ ਹੁਣ ਇੰਨੀ ਵਧੀਆ ਇੱਥੇ ਸੋਹਣੀ ਬਾਰਿਸ਼ ਹੋਣ ਲੱਗ ਗਈ ਅਤੇ ਮੌਸਮ ਬਹੁਤ ਸੁਹਾਵਣਾ ਹੋ ਗਿਆ।
ਸੁਹਾਵਣਾ ਮੌਸਮ ਹੋ ਗਿਆ ਤੇ ਨਾਲ ਦੀ ਨਾਲ ਇੱਥੇ ਸ਼ਹਿਰ ਦੇ ਵਿੱਚ ਜਾਮ ਵੀ ਲੱਗ ਗਿਆ। ਮੌਸਮ ਇੰਨਾ ਸੋਹਣਾ ਕਿਵੇਂ ਹੋ ਗਿਆ? ਕਿਉਂਕਿ ਪਹਿਲਾਂ ਧੂੜ ਮਿੱਟੀ ਬਹੁਤ ਉੱਡਦੀ ਸੀ, ਹੁਣ ਬਾਰਿਸ਼ ਹੋਣ ਕਰਕੇ ਬਿਲਕੁਲ ਸਾਫ ਹਵਾ ਹੋ ਗਈ। ਬਾਕੀ ਦੇਖਦੇ ਹਾਂ ਅੱਗੇ ਕਿੰਨੀ ਕੁ ਦੇਰ ਤੱਕ ਜਾਂ ਕਿੰਨੀ ਕੁ ਦੂਰ ਤੱਕ ਇਹ ਬਾਰਿਸ਼ ਹੈਗੀ ਜਾਂ ਇੱਥੇ ਇੱਥੇ ਲੋਕਲੇ ਪੈ ਰਹੀ ਹੈ। ਅੱਗੇ ਦਿਖਾਉਂਦੇ ਹਾਂ ਤੁਹਾਨੂੰ, ਇਹ ਕਰਨਪ੍ਰਯਾਗ ਸ਼ਹਿਰ ਹੈ। ਦੇਖੋ ਜਿਹੜੀ ਨਦੀ ਲੰਘ ਰਹੀ ਹੈ ਇਹਦੇ ਉੱਤੇ ਕਿੱਡੇ ਕਿੱਡੇ ਵਿਸ਼ਾਲ ਪੁਲ ਨੇ। ਇਹ ਦੋ ਪੁਲ ਕਰਨਪ੍ਰਯਾਗ ਦੇ ਹੀ ਨੇ ਤੇ ਸਾਹਮਣੇ ਜਿਹੜੀ ਬਸੋਂ ਹੈ ਇਹ ਵੀ ਕਿੰਨੀ ਸੰਘਣੀ ਹੈ। ਇਹ ਜਿਹੜੇ ਪਹਾੜੀ ਲੋਕ ਨੇ ਇਹ ਇਹਨਾਂ ਨੂੰ ਪਤਾ ਵੀ ਇੰਨੀ ਤੰਗ ਜਿਹੀ ਜਗ੍ਹਾ ਦੇ ਵਿੱਚ ਕਿਵੇਂ ਸਰਵਾਈਵ ਕਰਨਾ। ਬਾਕੀ ਇੱਥੇ ਕੰਸਟਰਕਸ਼ਨ ਦਾ ਕੰਮ ਵੀ ਚੱਲੀ ਜਾਂਦਾ, ਹਰ ਸਮੇਂ ਹੀ ਚੱਲੀ ਜਾਂਦਾ ਕਿਉਂਕਿ ਕੁਛ ਨਾ ਕੁਛ ਪਹਾੜਾਂ ਦੇ ਵਿੱਚ ਟੁੱਟ ਭੱਜ ਹੋਈ ਹੋ ਰਹਿੰਦੀ ਹੈ। ਹੁਣ ਦੇਖੋ ਸਾਹਮਣੇ ਤੁਹਾਨੂੰ ਉਹ ਵੱਡਾ ਪੁਲ ਦਿਖਾਉਂਦੇ ਹਾਂ, ਜਿਹੜੇ ਦੋ ਵੱਡੇ ਪੁਲ ਰੇ ਬਣੇ ਹੋਏ ਨੇ। ਦੇਖੋ ਜੀ ਕਿੰਨਾ ਸੋਹਣਾ ਲੱਗਦਾ ਇਹ ਪੁਲ ਕਰਨਪ੍ਰਯਾਗ। ਪ੍ਰਯਾਗ ਜਿਵੇਂ ਤੁਹਾਨੂੰ ਪਤਾ ਹੀ ਆ ਦੋ ਨਦੀਆਂ ਦਾ ਮੇਲ। ਆਹ ਦੇਖੋ ਸੱਜੇ ਹੱਥ ਦੋ ਨਦੀਆਂ ਮਿਲ ਰਹੀਆਂ ਨੇ, ਸੱਜੇ ਹੱਥ ਦੋ ਨਦੀਆਂ ਮਿਲ ਰਹੀਆਂ ਨੇ, ਦਿਖਾਓ ਜੀ ਇੱਧਰ। ਆਹ ਦੇਖੋ ਸੱਜੇ ਹੱਥ ਦੋ ਨਦੀਆਂ ਦਾ ਮੇਲ ਹੋ ਰਿਹਾ ਹੈ ਤੇ ਫਿਰ ਇਹਦਾ ਨਾਂ ਰੱਖਿਆ ਕਰਨਪ੍ਰਯਾਗ। ਅੱਗੇ ਦੇਖੋ ਦੋਸਤੋ ਹਰਿਦੁਆਰ ਇੱਥੋਂ 194 ਕਿਲੋਮੀਟਰ ਤੇ ਰਿਸ਼ੀਕੇਸ਼ 170 ਕਿਲੋਮੀਟਰ ਪਿਆ ਜੇ ਤੇ ਟਾਈਮ ਹੋ ਗਿਆ 4:25। ਹੁਣ ਦੇਖਦੇ ਹਾਂ ਕੈ ਵਜੇ ਰਿਸ਼ੀਕੇਸ਼ ਪਹੁੰਚਾਂਗੇ ਅਸੀਂ, ਕਿਉਂਕਿ ਮੀਂਹ ਕਾਰਨ ਜਾਂ ਜਾਮ ਲੱਗੇ ਹੋਣ ਕਾਰਨ ਥੋੜ੍ਹੀ ਜਿਹੀ ਡਿਸਟਰਬੈਂਸ ਹੁੰਦੀ ਹੈ ਤੇ ਉਹ ਸਪੀਡ ਨਹੀਂ ਕੱਢ ਪਾਉਂਦੇ ਆਪਾਂ, ਡਿਸਟੈਂਸ ਕਵਰ ਨਹੀਂ ਹੁੰਦਾ ਉਹਨਾਂ। ਬਾਕੀ ਅੱਗੇ ਅੱਗੇ ਕੋਸ਼ਿਸ਼ ਕਰਦੇ ਹਾਂ ਵੀ ਸੇਫਲੀ ਚਲਾ ਕੇ ਗੱਡੀ ਵੱਧ ਤੋਂ ਵੱਧ ਡਿਸਟੈਂਸ ਕਵਰ ਕਰੀਏ। ਦੇਖੋ ਦੋਸਤੋ ਹੁਣ ਆਪਾਂ ਵਾਪਸੀ ਸਮੇਂ ਗੋਚਰ ਆ ਗਏ। ਮੌਸਮ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸੀ ਵੀ ਇੱਥੇ ਵੀ ਮੀਂਹ ਪੈ ਰਿਹਾ। ਦੇਖੋ ਇਹ ਗੋਚਰ ਛੋਟਾ ਜਿਹਾ ਹੀ ਆ ਵੈਸੇ ਸ਼ਹਿਰ, ਪਰ ਇੱਥੇ ਹਮੇਸ਼ਾ ਹੀ ਪਹਾੜ ਡਿੱਗੇ ਹੀ ਰਹਿੰਦਾ ਜੀ। ਇਹ ਬਹੁਤ ਸਲਾਈਡਿੰਗ ਜ਼ੋਨ ਹੈ, ਬਹੁਤ ਐਕਸੀਡੈਂਟ ਪ੍ਰੋਨ ਏਰੀਆ ਵੀ ਹੈ। ਦੇਖੋ ਕਿੰਨਾ ਤੰਗ ਹੈ, ਪੱਥਰ ਹਰ ਟਾਈਮ ਇੱਥੇ ਡਿੱਗਦੇ ਹੀ ਰਹਿੰਦੇ ਨੇ, ਕਈ ਵਾਰ ਤਾਂ ਗੱਡੀਆਂ ਤੇ ਵੱਜਦੇ ਨੇ, ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾ ਦਿੰਦੇ ਨੇ। ਤੋ ਇੱਥੇ ਬਾਰਿਸ਼ ਕਾਫੀ ਹੋ ਗਈ, ਦੇਖੋ ਸੜਕਾਂ ਤੇ ਕਿਵੇਂ ਪਾਣੀ ਭਰਿਆ ਚੱਲ ਰਿਹਾ। ਇੱਧਰ ਮੌਸਮ ਠੰਡਾ ਹੋ ਗਿਆ ਕਾਫੀ। ਇਹ ਆ ਗਿਆ ਆਪਣੇ ਰੁਦਰਪ੍ਰਯਾਗ, ਰੁਦਰਪ੍ਰਯਾਗ ਦਾ ਗਵਰਨਮੈਂਟ ਵੈਟਨਰੀ ਹਸਪੀਟਲ ਆ ਗਿਆ। ਹਾਂਜੀ ਰੁਦਰਪ੍ਰਯਾਗ ਬੀਜਦੀ ਆਪਾਂ ਲੰਘ ਰਹੇ ਹਾਂ। ਵਾਪਸੀ ਦੇ ਸਮੇਂ ਆਪਾਂ ਲਗਭਗ ਸ੍ਰੀਨਗਰ ਦੇ ਨੇੜੇ ਆ ਗਏ। ਦੇਵ ਪ੍ਰਯਾਗ 39 ਹੈ ਤੇ ਰੀਗੜਵਾਲ। ਹਾਂ ਦੋਸਤੋ ਇਹ ਆਪਾਂ ਸ੍ਰੀਨਗਰ ਪਹੁੰਚ ਗਏ। ਸ੍ਰੀਨਗਰ ਸ਼ਬਦ ਸੁਣ ਕੇ ਆਪਾਂ ਨੂੰ ਜੰਮੂ ਕਸ਼ਮੀਰ ਦਾ ਭੁਲੇਖਾ ਪੈਂਦਾ,
ਵੀ ਇਹ ਜੰਮੂ ਕਸ਼ਮੀਰ ਵਾਲਾ ਸ੍ਰੀਨਗਰ ਇੱਧਰ ਕਿੱਧਰੋਂ ਆ ਗਿਆ, ਪਰ ਇਹ ਉੱਤਰਾਖੰਡ 'ਚ ਹੈ, ਸ੍ਰੀਨਗਰ ਗੜਵਾਲ। ਹੁਣ ਆਲੇ ਦੁਆਲੇ ਆਪਾਂ ਸ੍ਰੀਨਗਰ ਗੜਵਾਲ ਹੀ ਦੇਖ ਰਹੇ ਹਾਂ। ਇਹ ਵੀ ਬਹੁਤ ਵਧੀਆ ਸ਼ਹਿਰ ਹੈ ਇਹ, ਅਤੇ ਇੱਥੇ ਮੌਸਮ ਵੀ ਬਹੁਤ ਵਧੀਆ। ਇੱਥੇ ਹੇਮਕੁੰਟ ਟਰੱਸਟ ਦਾ ਗੁਰਦੁਆਰਾ ਸਾਹਿਬ ਵੀ ਹੈ, ਜਿੱਥੇ ਸੰਗਤਾਂ ਆਪਣੀ ਯਾਤਰਾ ਦੇ ਦੌਰਾਨ ਪੜਾਅ ਕਰਦੀਆਂ ਨੇ, ਆਉਣ ਵੇਲੇ ਵੀ ਕਰਦੀਆਂ ਨੇ ਅਤੇ ਜਾਣ ਵੇਲੇ ਵੀ ਕਰਦੀਆਂ ਨੇ। ਜਿਸ ਤਰੀਕੇ ਨਾਲ ਉਹਨਾਂ ਕੋਲ ਸਮਾਂ ਹੋਵੇ ਉਸ ਤਰੀਕੇ ਨਾਲ ਇੱਥੇ ਪੜਾਅ ਕਰਦੀਆਂ ਨੇ। ਸ੍ਰੀਨਗਰ 105 ਕਿਲੋਮੀਟਰ ਹੈਗਾ ਜੀ ਰਿਸ਼ੀਕੇਸ਼, ਸ੍ਰੀਨਗਰ। ਪਰ ਹੁਣ ਉਦੋਂ ਤਾਂ ਆਪਾਂ ਨਿਕਲ ਚੁੱਕੇ, ਇਸ ਕਰਕੇ ਦੇਖਦੇ ਆ ਕਿਹੜਾ ਜਾਮ ਆ। ਕਿ ਹੁਣ ਅਸੀਂ ਪਹੁੰਚ ਗਏ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ, ਬਸ ਥੋੜਾ ਜਿਹਾ ਪਿੱਛੇ 3 ਕਿਲੋਮੀਟਰ, ਤੇ ਜਾਮ ਬਹੁਤ ਲੰਬਾ ਲੱਗਿਆ ਹੋਇਆ ਸੀ ਪਿੱਛੇ, ਸਾਨੂੰ ਤਕਰੀਬਨ ਘੰਟਾ ਵੇਸਟ ਹੋ ਗਿਆ ਉੱਥੇ। ਤੇ ਤੁਸੀਂ ਸਾਹਮਣੇ ਨਾ ਰਿਸ਼ੀਕੇਸ਼ ਬਾਜ਼ਾਰ ਦੀਆਂ ਰੌਣਕਾਂ ਦੇਖੋ, ਇੱਥੇ ਕਿੰਨੇ ਯਾਤਰੀ ਆ ਕੇ, ਟੂਰਿਸਟ ਆ ਕੇ ਇੱਥੇ ਇੰਜੋਏ ਕਰਦੇ ਨੇ, ਗੰਗਾ ਦੇ ਵਿੱਚ ਵੀ ਰਾਫਟਿੰਗ ਵਗੈਰਾ ਕਰਦੇ ਨੇ, ਤੇ ਹੋਰ ਵੀ ਇੱਥੇ ਬਹੁਤ ਸਪੋਰਟਸ ਇਵੈਂਟ ਹੁੰਦੇ ਨੇ। ਇਸ ਕਰਕੇ ਲਗਭਗ ਸਾਰੇ ਭਾਰਤ ਚੋਂ ਹੀ ਰਿਸ਼ੀਕੇਸ਼ ਬਹੁਤ ਟੂਰਿਸਟ ਆਉਂਦੇ ਨੇ। ਤੁਸੀਂ ਦੇਖੋ ਕਿੰਨੀ ਰੌਣਕ ਆ ਬਾਜ਼ਾਰਾਂ 'ਚ। ਜੀ ਦੋਸਤੋ, ਹੁਣ ਅਸੀਂ ਪਹੁੰਚ ਚੁੱਕੇ ਹਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ 'ਚ। 2 ਘੰਟੇ ਜਾਮ ਦੇ ਵਿੱਚ ਖਰਾਬ ਕਰਕੇ ਹੁਣ ਅਸੀਂ ਪਹੁੰਚ ਗਏ ਹਾਂ, ਅਤੇ ਦੇਖਦੇ ਹਾਂ ਹੁਣ ਕੋਈ ਰੂਮ ਵਗੈਰਾ ਜੀ ਐਡਜਸਟਮੈਂਟ ਕਿੱਥੇ ਹੁੰਦੀ ਹੈ, ਦੇਖਦੇ ਹਾਂ ਬਾਕੀ ਜਾ ਕੇ ਮਿਲਦੇ ਹਾਂ। ਹੇਮਕੁੰਟ ਸਾਹਿਬ ਦਾ ਪਹਿਲਾ ਗੁਰਦੁਆਰਾ ਟਰੱਸਟ ਦਾ ਰਿਸ਼ੀਕੇਸ਼, ਉੱਥੋਂ ਅਸੀਂ ਹੁਣ ਘਰ ਨੂੰ ਤੁਰਨ ਲੱਗੇ ਹਾਂ। ਕਮਰੇ ਦੀ ਚਾਬੀ ਅਸੀਂ ਹੁਣ ਕਾਊਂਟਰ 'ਤੇ ਫੜਾ ਦਾਂਗੇ, ਅਤੇ ਉਦੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਫਿਰ ਰੱਬ ਦੇ ਚਾਲੇ ਪਾਵਾਂਗੇ। ਆਓ ਤੁਹਾਨੂੰ ਲੈ ਚਲੀਏ ਵਾਪਸ। ਹੁਣ ਤੁਸੀਂ ਸਾਹਮਣੇ ਲੰਗਰ ਹਾਲ ਦੇਖ ਰਹੇ ਹੋ, ਇਹ ਲੰਗਰ ਹਾਲ ਗੁਰਦੁਆਰਾ ਸ੍ਰੀ ਹੇਮਕੁੰਟ ਰਿਸ਼ੀਕੇਸ਼ ਦਾ, ਅਤੇ ਅੰਦਰ ਲੰਗਰ ਦੇ ਸੰਗਤ ਵੀ ਬਹੁਤ ਹੈ ਲੰਗਰ ਛਕਣ ਵਾਲੀ। ਅਤੇ ਹੁਣ ਜਿਹੜੀ ਸੰਗਤ ਪਹਿਲੇ ਦਿਨ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਗਈ ਸੀ ਉਹ ਲਗਭਗ ਇੱਥੇ ਵਾਪਸ ਆ ਗਈ, ਅਤੇ ਅੱਜ ਉਹ ਆਪਣੇ ਆਪਣੇ ਘਰਾਂ ਨੂੰ ਚੱਲ ਪਾਉਂਗੇ। ਹੁਣ ਉਹ ਤਿਆਰ ਬਾਰ ਕਰਕੇ ਲੰਗਰ ਛੱਕ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਦਰਬਾਰ ਸਾਹਿਬ 'ਚ ਬੇਨਤੀ ਕਰਕੇ ਆਪਣੇ ਘਰਾਂ ਨੂੰ ਚੱਲ ਪਾ ਰਹੇ ਨੇ। ਹੁਣ ਦੇਖ ਲਓ ਸੰਗਤ ਨਿਕਲਣ ਲੱਗੀ ਹੈ, ਸਾਰੀ ਸੰਗਤ ਬਹੁਤ ਖੁਸ਼ ਹੈ, ਤਾਂ ਕਿ ਉਹਨਾਂ ਦੇ ਯਾਤਰਾ ਦੇ ਪਹਿਲੇ ਦਿਨ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਨੇ। ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਲਾਇਬ੍ਰੇਰੀ, 4 ਸਾਹਿਬਜ਼ਾਦੇ ਨਿਵਾਸ ਹੈ ਇਹਦੇ ਉੱਪਰ, ਨੀਚੇ ਲਾਇਬ੍ਰੇਰੀ ਹੈ, ਕਿਤਾਬਾਂ ਪੜ੍ਹਨ ਲਈ ਮਿਲਦੀਆਂ ਨੇ ਉਰੇ। ਅਤੇ ਹੁਣ ਸਾਹਮਣੇ ਸਾਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਿਖਾਈ ਦਿੰਦੀ ਹੈ। ਹੁਣ ਅਸੀਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਅਸੀਂ ਵੀ ਆਪਣੇ ਘਰਾਂ ਨੂੰ ਚਾਲੇ ਪਾਵਾਂਗੇ।
ਦੇਖੋ ਜੀ ਸੰਗਤ ਨਿਕਲਣ ਲੱਗੀ ਆ ਹੁਣ। ਇਹ ਉਹ ਸੰਗਤ ਹੈ ਜਿਹੜੀ ਪਹਿਲੇ ਦਿਨ ਦਰਬਾਰ ਸਾਹਿਬ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਦਰਸ਼ਨ ਕਰਕੇ ਆਈ ਹੈ ਅਤੇ ਰਾਤ ਰਿਸ਼ੀਕੇਸ਼ ਗੁਰਦੁਆਰੇ ਪਹੁੰਚੀ ਹੈ, ਹੁਣ ਆਪਣੇ ਘਰਾਂ ਨੂੰ ਜਾਣ ਲੱਗੀ। ਲਓ ਜੀ ਹੁਣ ਤੁਸੀਂ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ, ਕਿਉਂਕਿ ਜਿਸ ਦਿਨ ਪਹਿਲੇ ਦਿਨ ਸੰਗਤ ਇੱਥੋਂ ਰਵਾਨਾ ਹੋਈ ਸੀ ਯਾਤਰਾ ਲਈ ਉਸ ਦਿਨ ਬਹੁਤ ਜ਼ਿਆਦਾ ਭੀੜ ਸੀ, ਪਰ ਹੁਣ ਸਵੇਰੇ ਸਵੇਰੇ ਸੰਗਤ ਥੋੜ੍ਹੀ ਜਿਹੀ ਘੱਟ ਹੈ, ਇਸ ਕਰਕੇ ਤੁਸੀਂ ਦਰਸ਼ਨ ਕਰੋ ਸੱਚਖੰਡ ਹੇਮਕੁੰਡ ਸਾਹਿਬ ਟਰੱਸਟ ਦੇ ਗੁਰਦੁਆਰਾ ਰਿਸ਼ੀਕੇਸ਼। ਹਾਂਜੀ ਸੰਗਤ, ਤੁਹਾਨੂੰ ਹੁਣ ਅਸੀਂ ਹੇਮਕੁੰਡ ਟਰੱਸਟ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਵਿੱਚ ਜਿਹੜਾ ਅਜਾਇਬ ਘਰ ਬਣਿਆ ਉਹਦੇ ਦਰਸ਼ਨ ਕਰਾ ਰਹੇ ਹਾਂ, ਜਿਹੜਾ ਕਿ ਸਿੱਖ ਧਰਮ ਦੇ ਵਿੱਚ ਹੋਈਆਂ ਬੇਮਿਸਾਲ ਸ਼ਹਾਦਤਾਂ ਦੀ ਦਾਸਤਾਨ ਬਿਆਨ ਕਰਦਾ। ਤੁਸੀਂ ਵੀ ਇਸ ਦੇ ਦਰਸ਼ਨ ਕਰੋ ਅਤੇ ਦੇਖੋ ਇਕੱਲੀ ਇਕੱਲੀ ਸ਼ਹੀਦੀ ਦਾ ਪੂਰਾ ਵੇਰਵਾ ਇੱਥੇ ਸਟੈਚੂ ਬਣਾ ਕੇ ਦਿੱਤਾ ਹੋਇਆ। ਆਹ ਦੇਖੋ ਤੁਸੀਂ ਭਾਈ ਤਾਰੂ ਸਿੰਘ ਜੀ ਅਮਰ ਸ਼ਹੀਦ ਨੇ, ਇਹਨਾਂ ਨੇ ਖੋਪੜੀ ਲਹਾਤੀ ਸੀ। ਐਡੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਸਿੱਖ ਧਰਮ ਦੇ ਵਿੱਚ ਹੋਈਆਂ ਨੇ ਅਤੇ ਜੋ ਆਪਣੇ ਸਾਹਮਣੇ ਆਪਾਂ ਨੂੰ ਇਹ ਮੂਰਤੀਆਂ ਦੇ ਰੂਪ ਵਿੱਚ ਦਿਖਾਈ ਦੇ ਰਹੀਆਂ ਨੇ, ਸਿੱਖ ਧਰਮ ਦੇ ਵਿੱਚ ਕਿੱਡੇ ਕਿੱਡੇ ਬਲੀਦਾਨ ਹੋਏ ਨੇ। ਇਹ ਦੇਖੋ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਜਿਉਂਦੇ ਜੀ ਦੇਗ 'ਚ ਉਬਾਲਤਾ ਸੀਗਾ। ਉੱਧਰ ਅਮਰ ਸ਼ਹੀਦ ਮਤੀ ਦਾਸ ਜਿਨ੍ਹਾਂ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਸੀ, ਜਿਉਂਦੇ ਜੀ ਆਰੇ ਨਾਲ ਚੀਰ ਦਿੱਤਾ ਗਿਆ ਸੀ। ਇਹ ਸ਼ਹੀਦ ਇਹਨਾਂ ਨੂੰ ਜਿਉਂਦੇ ਜੀ ਆਲੇ ਦੁਆਲੇ ਰੂਨ ਭੇਟ ਕੇ ਸਾੜ ਦਿੱਤਾ ਗਿਆ ਸੀ। ਇਹ ਵੀ ਉਹ ਮਾਈਆਂ ਨੇ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬਹੁਤ ਤਸ਼ੱਦਦ ਸਹੇ ਅਤੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਆਪਣੇ ਗਲਾਂ 'ਚ ਪਵਾਏ। ਆਹ ਦੇਖੋ ਇੰਨਾ ਜ਼ੁਲਮ ਸਿੱਖ ਧਰਮ ਦੇ ਉੱਤੇ ਹੋਇਆ ਜੋ ਉਹਦੀ ਇਹ ਦਾਸਤਾਂ ਬਿਆਨ ਕਰਦੇ ਨੇ। ਇਹ ਸਾਰੇ ਸਟੈਚੂ ਤੁਸੀਂ ਦੇਖੇ ਨੇ ਅਤੇ ਆਹ ਜੋ ਆਪਾਂ ਦੇਖ ਰਹੇ ਹਾਂ ਸਟੈਚੂ, ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ ਹੈ ਅਤੇ ਇਹ ਪਿੱਛੇ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ। ਦੋਸਤੋ ਸਿੱਖ ਧਰਮ ਨੂੰ ਪਿਆਰ ਕਰਨ ਵਾਲੇ, ਸਿੱਖ ਧਰਮ ਨੂੰ ਚਾਹੁਣ ਵਾਲੇ ਇਹ ਚੀਜ਼ਾਂ ਦੀ ਬਹੁਤ ਨੌਲੇਜ ਰੱਖਦੇ ਨੇ ਅਤੇ ਤੁਹਾਨੂੰ ਵੀ ਜਾਣਕਾਰੀ ਹੇਤੂ ਮੈਂ ਇਹ ਚੀਜ਼ਾਂ ਦਿਖਾ ਰਿਹਾ। ਧੰਨਵਾਦ। ਤੋ ਇਹ ਤੁਸੀਂ ਜਿਹੜਾ ਮੈਪ ਦੇਖ ਰਹੇ ਹੋ ਇਹ ਰਿਸ਼ੀਕੇਸ਼ ਹਰਿਦੁਆਰ ਤੋਂ ਲੈ ਕੇ ਸ਼੍ਰੀ ਹੇਮਕੁੰਡ ਸਾਹਿਬ ਤੱਕ ਦੀ ਯਾਤਰਾ ਦੇ ਸਾਰੇ ਪੜਾਓ ਦਿਖਾ ਰਿਹਾ ਅਤੇ ਇਹ ਕਿੰਨੀ ਕਿੰਨੀ ਦੂਰੀ 'ਤੇ ਸਥਿਤ ਨੇ ਇਹ ਵੀ ਦਿਖਾ ਰਿਹਾ। ਤੁਸੀਂ ਇਸ ਤੋਂ ਵੀ ਇਸ ਦੀ ਦੂਰੀ
ਅਤੇ ਠਹਿਰਾਵ ਦੇ ਸਟੇਸ਼ਨਾਂ ਦਾ ਅੰਦਾਜ਼ਾ ਲਗਾ ਸਕਦੇ ਹੋ। ਦੋਸਤੋ ਇਹ ਦੇਖੋ ਭਾਈ ਘਨੱਈਆ ਜੀ, ਉਹਨਾਂ ਦੀ ਜੋ ਸਿੱਖ ਧਰਮ ਦੇ ਵਿੱਚ ਸਥਾਨ ਹੈ ਉਹਦੇ ਬਾਰੇ ਇੱਥੇ ਦਰਸਾਇਆ ਗਿਆ। ਅਤੇ ਇਹ ਜਿਹੜਾ ਬੋਰਡ ਲੱਗਿਆ ਇਹਦੇ ਉੱਤੇ ਤੁਸੀਂ ਉਹਨਾਂ ਬਾਰੇ ਪੜ੍ਹ ਸਕਦੇ ਹੋ। ਦੋਸਤੋ ਹੁਣ ਅਸੀਂ ਜਾਣ ਲੱਗੇ ਵਾਪਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਹਾਂ। ਸਾਹਮਣੇ ਸੰਗਤ ਅੱਜ ਦੇ ਦਿਨ ਲਈ ਵੀ ਜਾ ਰਹੀਆਂ ਨੇ, ਗੱਡੀਆਂ ਤਿਆਰ ਖੜੀਆਂ ਨੇ ਅਤੇ ਹੁਣ ਲਗਭਗ 4.25 ਮਹੀਨੇ ਹੋਰ ਚੱਲੂਗੀ ਇਹ ਯਾਤਰਾ, 10 ਅਕਤੂਬਰ ਤੱਕ ਚੱਲਦੀ ਹੈ। ਦੇਖੋ ਦੋਸਤੋ ਇਹ ਜਿਹੜੀ ਗੰਗਾ ਦੀਆਂ ਸਹਾਇਕ ਨਦੀਆਂ ਨੇ ਜਿਹੜੀਆਂ ਸੁੱਕੀਆਂ ਪਈਆਂ ਨੇ ਹੈਗੀਆਂ, ਇਹ ਬਰਸਾਤੀ ਨੇ, ਇੱਧਰ ਖੱਬੇ ਪਾਸੇ ਵੀ ਸੁੱਕੀ ਹੈ, ਸੱਜੇ ਪਾਸਿਓਂ ਆ ਰਹੀ ਹੈ, ਸਾਰਾ ਏਰੀਆ ਸੁੱਕਾ ਹੀ ਪਿਆ। ਹੁਣ ਅਸੀਂ ਜਿੱਥੇ ਆਏ ਹਾਂ ਰਿਸ਼ੀਕੇਸ਼ 'ਚ, ਇੱਥੋਂ ਨਾ ਖੱਬੇ ਹੱਥ ਦੇਖੋ ਬੋਰਡ ਲੱਗਿਆ ਨਿਰਮਲ ਆਸ਼ਰਮ, ਇੱਧਰਲੇ ਪਾਸੇ ਨਿਰਮਲ ਆਸ਼ਰਮ ਹੈ ਜਿੱਥੇ ਕਿ ਸਿੱਖੀ ਦੀ ਉਹ ਬ੍ਰਾਂਚ ਆ, ਉਹ ਇੱਕ ਜਿਵੇਂ ਕਹਿ ਲਓ ਨਿਰਮਲੇ ਸਿੱਖ ਉਹਨਾਂ ਦਾ ਆਸ਼ਰਮ ਹੈ। ਉੱਥੇ ਵੀ ਵਧੀਆ ਯਾਤਰੀਆਂ ਲਈ ਰਿਹਾਇਸ਼, ਖਾਣ ਪੀਣ ਦਾ, ਲੰਗਰ ਦਾ ਪ੍ਰਬੰਧ ਹੈਗਾ ਅਤੇ ਬਹੁਤ ਸਾਰੀ ਸੰਗਤ ਜਦੋਂ ਕੋਈ ਯਾਤਰਾ 'ਤੇ ਆਉਂਦੇ ਨੇ ਤਾਂ ਉੱਥੇ ਵੀ ਕਾਫੀ ਸੰਗਤ ਰਿਹਾਇਸ਼ ਕਰਦੀ ਹੈ। ਇੱਕੋ ਰਸਤਾ ਪਿੱਛੇ ਮੁੜਦਾ ਸੀ ਉੱਧਰ ਨੂੰ ਅਤੇ ਇੱਕ ਆ ਇੱਥੋਂ ਜਿੱਥੇ ਉਹ ਅੱਗੇ ਤਰਵੈਣੀ ਘਾਟ ਦਾ ਸਾਈਨ ਦਿੱਤਾ ਹੋਇਆ ਉੱਧਰ ਵੱਲ ਵੀ ਜਾ ਕੇ ਅੱਗੇ ਨਿਰਮਲ ਆਸ਼ਰਮ ਆ ਜਾਂਦਾ। ਹਰਦੁਆਰ ਦਾ ਤੇ ਰਿਸ਼ੀਕੇਸ਼ ਦਾ ਵਿਚਾਲਾ ਹੈ ਤੇ ਇਹ ਰਾਜਾ ਜੀ ਟਾਈਗਰ ਰਿਜ਼ਰਵ ਆ ਜਿਹੜਾ ਉਹਦਾ ਏਰੀਆ, ਨੈਸ਼ਨਲ ਪਾਰਕ ਹੈ। ਦੇਖੋ ਦੋਸਤੋ ਹੁਣ ਇਹ ਹਰਦੁਆਰ ਸੱਜੇ ਹੱਥ ਹਰ ਕੀ ਪੌੜੀ ਦਿਖਾਈ ਦੇ ਰਹੀ ਹੈ ਅਤੇ ਉਹ ਸ਼ਿਵ ਸ਼ੰਕਰ ਜੀ ਦਾ ਬਹੁਤ ਵੱਡਾ ਸਟੈਚੂ ਲੱਗਿਆ ਆ ਦਿਖਾਈ ਦੇ ਰਿਹਾ ਆਪਾਂ ਨੇੜੇ। ਦੇਖੋ ਜੀ ਹਰ ਕੀ ਪੌੜੀ 'ਤੇ ਕਿੰਨੀ ਜ਼ਿਆਦਾ ਸੰਗਤ ਸ਼ਰਧਾਲੂ ਇਕੱਠੇ ਹੋਏ ਨੇ। ਹਿੰਦੂਆਂ ਦਾ ਇਹ ਬਹੁਤ ਹੀ ਲੋਕ ਪ੍ਰਿਯ ਅਤੇ ਫੇਮਸ ਤੀਰਥ ਸਥਲ ਹੈ। ਹਿੰਦੂ ਧਰਮ ਦੇ ਲੋਕ ਇੱਥੇ ਆ ਕੇ ਉਹਦੇ ਕਰਮ ਕਾਂਡ ਕਰਦੇ ਨੇ। ਉਹ ਉੱਪਰ ਮੰਦਰ ਵੀ ਹੈ ਮਾਤਾ ਦਾ, ਮਨਸਾ ਦੇਵੀ ਹੈ ਸ਼ਾਇਦ ਉਹਨਾਂ ਦਾ ਇੱਕ ਇੱਧਰ ਮੰਦਰ ਹੈ ਉੱਪਰ, ਉਹ ਵੀ ਦੇਖਿਆ ਮੇਰਾ ਵੀ ਦੇਖਿਆ ਇੱਧਰ।
ਲਓ ਜੀ ਇੱਧਰ ਬਿਜਨੌਰ ਨੂੰ ਮੁੜ ਗਿਆ ਯੂਪੀ ਚ ਨੂੰ, ਨੈਨੀਤਾਲ ਵੀ ਇੱਧਰ ਆ, ਤੁਸੀਂ ਇੱਧਰ ਹੋ ਗਏ ਕਹਿੰਦੇ ਦਿੱਲੀ ਸਾਹਮਣੇ ਆ ਜੀ 203 ਦੋਸਤੋ ਕਿੰਨਾ ਚੌੜਾ ਗੰਗਾ ਦਾ ਜਿਹੜਾ ਬਹਿਣ ਹੈ ਬਹੁਤ ਚੌੜੀ ਹੈ ਗੰਗਾ, ਜਦੋਂ ਕਿਤੇ ਇਹਦੇ ਵਿੱਚ ਜਲਜਲਾ ਆਉਂਦਾ ਇਹਦੇ ਵਿੱਚ ਹੜ੍ਹ ਆਉਂਦਾ ਫਿਰ ਦੇਖ ਲਓ ਤੁਸੀਂ ਕਿੰਨੀ ਤਬਾਹੀ ਕਰਦਾ। ਇਹ ਜਿਹੜਾ ਖੱਬੇ ਹੱਥ ਨੂੰ ਇੰਡੀਕੇਸ਼ਨ ਲੱਗੀ ਹੈ 2 ਕਿਲੋਮੀਟਰ ਤੇ ਕੰਖਲ, ਕੰਖਲ ਦੇ ਵਿੱਚ ਨਾ ਜਿਹੜਾ ਬੰਦੇ ਦੀ ਮ੍ਰਿਤਿਉ ਹੋ ਜਾਂਦੀ ਹੈ ਉਹਦੇ ਫੁੱਲ ਫਲ ਪਾਉਣ ਆਉਂਦੇ ਨੇ, ਉੱਥੇ ਇਹੋ ਜਿਹੀਆਂ ਰਸਮਾਂ ਹੁੰਦੀਆਂ ਨੇ। ਉਹ ਘਾਟ ਹੈ ਮਤਲਬ ਕੰਖਲ ਜਿੱਥੇ ਫੁੱਲ ਪਾਉਂਦੇ ਨੇ।